ਇਹ ਸਾਡਾ ਪਾਕਿਸਤਾਨ ਨਹੀਂ ਹੈ। ਅਸਸਲਾਮੁਅਲੈਕਮ ਦੋਸਤੋ ਅਖੇ ਦੀ ਤੇਰੀ ਨਾ ਮੇਰੀ ਦੀ ਸਭ ਦੀ ਸਾਂਝੀ ਤੇ ਪੰਜਾਬੀ ਮਿਸਾਲ ਹੈ ਕਿ ਦੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਤੇ ਅੱਜ ਮੈਨੂੰ ਬੜਾ ਅਫਸੋਸ ਹੋ ਰਿਹਾ ਪੰਜਾਬ ਕਾਲਜ ਵਾਲੇ ਵਾਕਿਆ ਤੇ ਤੇ ਇਹਨਾਂ ਅਫਸੋਸ ਹੋ ਰਹੀ ਹੈ ਔਰ ਇਹ ਡਰ ਵੀ ਹੈ ਅੰਦਰ ਕਿ ਮੈਂ ਵੀ ਇੱਕ ਛੋਟੀ ਜੀ ਬੱਚੀ ਦਾ ਬਾਪ ਆ ਤੇ ਇੱਕ ਛੋਟੀ ਜੀ ਬੱਚੀ ਦੇ ਬਾਪ ਹੋਣ ਦੇ ਨਾਤੇ ਅੱਜ ਇੰਨੀ ਤਕਲੀਫ ਹੋ ਰਹੀ ਹੈ ਕਿ ਇਹ ਪਾਕਿਸਤਾਨ ਸਾਡਾ ਬਿਲਕੁਲ ਮਹਫੂਜ਼ ਨਹੀਂ ਰਹਿ ਗਿਆ ਬਦਕਿਸਮਤੀ ਨਾਲ ਅੱਜ ਇੰਜ ਪੇ ਲੱਗਦਾ ਹੈ ਕਿ ਅਸੀਂ ਕਿਸੇ ਪੁਰਾਏ ਮੁਲਕ ਵਿੱਚ ਰਹਿ ਰਹੇ ਹਾਂ ਇਹ ਸਾਡਾ ਪਾਕਿਸਤਾਨ ਹੈ ਹੀ ਨਹੀਂ ਜਿੰਦਾ ਜਨਾਹ ਨੇ ਖਾਬ ਵੇਖਾ ਸੀ ਜਿੰਦਾ ਸਾਡੇ ਲਾਮਾ ਇਕਬਾਲ ਨੇ ਖਾ ਵੇਖਾ ਸੀ ਇਹ ਉਹ ਪਾਕਿਸਤਾਨ ਨਹੀਂ ਹੈ ਜੇ ਗੱਲ ਕਰਦੇ ਆਂ ਤਾਂ ਪੱਟ ਆਦਾ ਹੀ ਨੰਗਾ ਹੁੰਦਾ ਹੈ ਇੱਥੇ ਮਰਦ ਮਹਿਫੂਜ਼ ਨਹੀਂ ਇੱਥੇ ਔਰਤ ਮਹਿਫੂਜ਼ ਨਹੀਂ ਇੱਥੇ ਯਾਰ ਸਾਡੀ ਚਾਦਰ ਚਾਰ ਦੀਵਾਰੀ ਦਾ ਤਕੱਦਸ ਪਮਾਲ ਕਰ ਦਿੱਤਾ ਗਿਆ ਹੈ ਇੱਥੇ ਸਾਡੀਆਂ ਧੀਆਂ ਜਿਹੜੀਆਂ ਨੇ ਨਾ ਉਹਨਾਂ ਦੀ ਜਿਹੜੀ ਕਦਰ ਨਹੀਂ ਸਾਡੀਆਂ ਦੀਆਂ ਮਹਿਫੂਜ਼ ਨਹੀਂ ਤੇ ਪੰਜਾਬੀ ਮਿਸਾਲ ਹੈ ਕਿ ਧੀਆਂ ਸਭ ਦੀਆਂ ਸਾਂਝੀਆਂ ਤੇ ਇੱਕ ਮੈਂ ਸੁਣ ਰਿਹਾ ਸੀ ਉੱਥੇ ਡੀਐਸਪੀ ਪਹੁੰਚਿਆ ਜਦੋਂ ਤਾਲਬਾ ਨੇ ਇਤਜਾਜ ਕੀਤਾ ਤੇ ਉਹਨਾਂ ਨੂੰ ਕਹਿ ਰਿਹਾ ਸੀ ਵੀ ਤੁਸੀਂ ਇਹ ਤੋਂ ਸਾਰੇ ਚਲੇ ਜਾਓ ਨਹੀਂ ਤੇ ਇੱਥੇ ਇੱਕ ਹੋਰ ਰੇਪ ਹੋ ਸਕਦਾ ਤੇ ਕਿਸੇ ਸਟੂਡੈਂਟ ਨੇ ਕਿਹਾ ਵੀ ਅਗਰ ਇੱਥੇ ਤੁਹਾਡੀ ਬੇਟੀ ਹੁੰਦੀ ਤਾਂ ਤਾਂ ਉਹਨੇ ਕਿਹਾ ਮੇਰੀ ਬੇਟੀ ਇਸ ਸਟੈਂਡਰਡ ਦੀ ਨਹੀਂ ਹੈ ਕਿਆ ਅਫਸੋਸ ਹੈ ਕਿ ਇਸ ਤਰ੍ਹਾਂ ਦੇ ਲੋਕ ਸਾਡੇ ਤੇ ਮੁਸਲਤ ਨੇ ਇੱਥੇ ਇੱਜ਼ਤ ਮਹਫੂਜ਼ ਨਹੀਂ ਇੱਥੇ ਤੁਹਾਡਾ ਪੈਸਾ ਮਹਫੂਜ਼ ਨਹੀਂ ਇੱਥੇ ਤੁਹਾਡੀ ਯਾਨੀ ਕਿ ਕੋਈ ਚੀਜ਼ ਵੀ ਮਹਫੂਜ਼ ਨਹੀਂ ਰਹੇਗੀ ਪਾਕਿਸਤਾਨ ਦੇ ਵਿੱਚ ਤੇ ਅੱਜ ਮੈਂ ਜਦੋਂ ਉਹ ਲੜਕੀ ਦੇ ਬਾਰੇ ਸੋਚਦਾ ਹਾਂ ਨਾ ਕਿ ਕਨੀਜ਼ਾ ਸਲੀਮ ਜਿਹੜੀ ਇਸ ਦੁਨੀਆ ਫਾਨੀ ਤੋਂ ਪਰਦਾ ਪਾ ਗਈ ਹੈ ਤੇ ਇਹ واقعہ ਕਦੇ ਵੀ ਨਾ ਹੁੰਦਾ ਇਸ ਤੋਂ ਪਹਿਲੇ ਜਿਹੜਾ ਬਹਾਵਲਪੁਰ ਯੂਨੀਵਰਸਿਟੀ ਇਸਲਾਮਿਕ ਯੂਨੀਵਰਸਿਟੀ ਦੇ ਵਿੱਚ واقعہ ਹੋਇਆ ਹੈ ਅਗਰ ਉਹਨਾਂ ਦੇ ਜਿਹੜੇ ਮੁਜਰਮ ਸੀ ਉਹਨਾਂ ਨੂੰ ਆਪਣੇ ਆਪਣੇ ਈਮਾਨ ਦੇ ਮੁਤਾਬਕ ਆਪਣੇ دین ਦੇ ਮੁਤਾਬਕ ਅਗਰ ਉਹਨਾਂ ਦਾ ਸਰ ਕਲਮ ਕੀਤਾ ਜਾਂਦਾ ਚੋਰੀ ਦੇ ਜਿਵੇਂ ਹੱਥ ਕੱਟਣਾ ਔਰ ਕਤਲ ਦਾ ਬਦਲਾ ਕਤਲ ਇਸਲਾਮ ਦੇ ਮੁਤਾਬਕ ਅਗਰ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਤੇ ਇਹ واقعہ ਕਦੇ ਵੀ ਨਹੀਂ ਪੇਸ਼ ਆਂਦਾ ਤੇ ਯਕੀਨ ਜਾਣੋ ਇੰਨੀ ਤਕਲੀਫ ਹੋ ਰਹੀ ਹੈ ਕਿ ਗੱਲਾਂ ਆਪਾਂ ਵੱਡੀਆਂ-ਵੱਡੀਆਂ ਕਰਦੇ ਆਂ ਜਨਾਬ ਫਲਸਤੀਨ ਤੇ ਜ਼ੁਲਮ ਹੋ ਗਿਆ ਲੇਕਿਨ ਜਿਹੜੇ ਜ਼ੁਲਮ ਪਾਕਿਸਤਾਨ ਦੇ ਵਿੱਚ ਹੋ ਰਹੇ ਨੇ ਨਾ ਯਕੀਨ ਜਨੂ ਅੱਜ ਰੂਹ ਕੰਬ ਗਈ ਹੈ ਤੇ ਸੋਚਦਾ ਬੈਠਾ ਕਿ ਦੀਆਂ ਸਭ ਦੀਆਂ ਸਾਂਝੀਆਂ ਤੇ ਮੈਂ ਵੀ ਇੱਕ ਛੋਟੀ ਬੱਚੀ ਦਾ ਬਾਪ ਆਂ ਤੇ ਇੱਥੇ ਯਾਰ ਬਿਲਕੁਲ ਮਹਫੂਜ਼ ਨਹੀਂ ਬਿਲਕੁਲ ਇੰਜ ਲੱਗਦਾ ਐ ਵੀ ਇਹ ਸਾਡਾ ਪਾਕਿਸਤਾਨ ਨਹੀਂ ਹੈ ਇਹ ਸਾਡਾ ਪਾਕਿਸਤਾਨ ਨਹੀਂ ਰਹਿ ਗਿਆ ਤੇ ਯਕੀਨ ਜਾਨੋ ਅ ਮੈਂ ਫੇਸਬੁਕ ਤੇ ਦੇਖਉਮ ਉਸ ਬੱਚੀ ਦੀਆਂ ਪੋਸਟਾਂ ਦੇਖ ਰਹੀਆਂ ਉਹ ਰੋ ਰਹੀ ਸੀ ਤੇ ਮੈਨੂੰ ਆਦੀ ਬੇਟੀ ਯਾਦ ਆ ਰਹੀ ਸੀ ਤੇ ਮੈਂ ਤੇ ਇਹ ਪੈਗਾਮ ਦੇਸਾਂ ਕਿ ਤੁਸੀਂ ਹਾਲੇ ਵੀ ਵਕਤ ਹੈ ਸਿਰ ਜੋੜ ਜਾਓ ਤੇ ਆਪਾਂ ਆਪਣੀਆਂ ਇੱਜ਼ਤਾਂ ਮਹਫੂਜ਼ ਕਰ ਸਕਦੇ ਆ ਇਹ ਆਪਣੇ ਤੇ ਉਹ ਟੋਲਾ ਮੁਸੱਲਤ ਹੋ ਗਿਆ ਹੈ ਅਨਕਰੀਬ ਤੁਹਾਡੀ ਔਰ ਮੇਰੀ ਇੱਜ਼ਤ ਤੇ ਵੀ ਹੱਥ ਪਵੇਗਾ ਤੇ ਆਪਾਂ ਕੁਝ ਵੀ ਨਹੀਂ ਕਰ ਸਕਾਂਗੇ ਮਾਜ਼ਰਤ ਨਾਲ ਮੈਥੂ ਬਰਦਾਸ਼ਤ ਨਹੀਂ ਬੰਦਾ ਇਹ ਸਾਡਾ ਪਾਕਿਸਤਾਨ ਨਹੀਂ ਹੈ